ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ। ਜਦੋਂ ਤੱਕ ਵੀਡੀਓ ਦੀ ਸਟ੍ਰੀਮਿੰਗ ਸਟਾਰਟ ਹੁੰਦੀ ਹੈ, ਤੁਸੀਂ ਇਸ ਰੁੱਖ ਵੱਲ ਦੇਖੋ। ਰੁੱਖ ਵੱਲ ਦੇਖ ਕੇ ਇੱਕ ਚੀਜ਼ ਨੂੰ ਫੀਲ ਕਰੋ ਕਿ ਇਸ ਰੁੱਖ ਦੀਆਂ ਜਿੰਨੀਆਂ ਟਾਹਣੀਆਂ ਨੇ, ਇੱਦਾਂ ਹੀ ਪੂਰੀ ਦੁਨੀਆ ਦੇ ਵਿੱਚ ਇਨਸਾਨ ਵੱਖ ਵੱਖ ਤਰੀਕੇ ਨਾਲ ਰਹਿ ਰਿਹਾ ਹੈ, ਵੱਖ ਵੱਖ ਜਗ੍ਹਾ 'ਤੇ ਰਹਿ ਰਿਹਾ ਹੈ। ਕਦੋਂ ਕਿਹੜੀ ਟਾਹਣੀ 'ਤੇ ਫੁੱਲ ਲੱਗਣਾ ਹੈ, ਕਿਹੜੀ ਟਾਹਣੀ 'ਤੇ ਪੱਤਾ ਖਿਲਣਾ ਹੈ, ਕਿਹੜੀ ਟਾਹਣੀ ਨੇ ਗਿਰ ਜਾਣਾ ਹੈ, ਇਹ ਸਭ ਰੰਗ ਰੱਬ ਦੇ ਹੱਥ ਨੇ, ਹੈ ਨਾ। ਪਰ ਗੱਲ ਇਹ ਹੈਗੀ ਹੈ ਕਿ ਐਜ਼ ਇਨਸਾਨ ਜਿੰਨੇ ਕੁ ਸਮਝਦਾਰ ਰੱਬ ਨੇ ਸਾਨੂੰ ਬਣਾਇਆ, ਇੰਨੀਆਂ ਕਲਾ ਸਾਨੂੰ ਦਿੱਤੀਆਂ ਕਿ ਅਸੀਂ ਅੱਜ ਦੀ ਡੇਟ ਦੇ ਵਿੱਚ ਚੰਗੀ ਤਰ੍ਹਾਂ ਨਾਲ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਅਸੀਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ। ਅਸੀਂ ਰੁੱਖ ਲਾ ਸਕਦੇ ਹਾਂ, ਅਸੀਂ ਆਪਣਾ ਆਲਾ ਦੁਆਲਾ ਚੇਂਜ ਕਰ ਸਕਦੇ ਹਾਂ। ਪਰ ਦੋਸਤੋ, ਮੈਂ ਬਹੁਤ ਵਾਰੀ ਕਹਿੰਦਾ ਹਰ ਬੰਦੇ ਨੂੰ ਥੱਕ ਗਿਆ ਕਿ ਜ਼ਿੰਦਗੀ ਜੀਣ ਦਾ ਔਰ ਵਧੀਆ ਜ਼ਿੰਦਗੀ ਬਤੀਤ ਕਰਨ ਦਾ ਦੂਸਰਾ ਨਾਮ ਹੈ ਲਾਈਫ 'ਚ ਚੇਂਜ ਲੈ ਕੇ ਆਉਣੇ। ਰੈਗੂਲਰ ਬੇਸਿਸ 'ਤੇ ਚੇਂਜਿਸ ਆਉਣੇ ਬਹੁਤ ਜ਼ਰੂਰੀ ਹੁੰਦੇ ਨੇ। ਸੇਮ ਰੂਟੀਨ, ਸੇਮ ਲਾਈਫ ਦੇ ਵਿੱਚ ਤੁਸੀਂ ਵਿਚਰਦੇ ਰਹਿੰਦੇ ਹੋ ਤਾਂ ਲਾਈਫ ਘੱਟ ਹੋ ਰਹੀ ਹੈ, ਲਾਈਫ ਜੀ ਨਹੀਂ ਪਾ ਰਹੇ ਹੋ ਤੁਸੀਂ। ਚਾਹੇ ਕੋਈ ਸਟੈਪ ਲੈ ਕੇ ਤੁਹਾਨੂੰ ਡਾਊਨਫਾਲ ਸਹਿਣਾ ਪਵੇ, ਬਟ ਉਹਦੇ ਵਿੱਚੋਂ ਵੀ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜਿਹੜੇ ਕੈਨੇਡਾ ਦਾ ਵੀਜ਼ਾ ਪਾਉਣਾ ਤਾਂ ਕੀ, ਜਾਂ ਵੀਜ਼ਾ ਰਿਫਿਊਜ਼ ਕਰਵਾ ਕੇ ਵੀ ਬੈਠੇ ਨੇ, ਜਾਂ ਜਿਹੜੇ ਵੀਜ਼ਾ ਪਾ ਨਹੀਂ ਪਾ ਰਹੇ ਨੇ, ਦਿਮਾਗ ਦੇ ਵਿੱਚ ਬਰਡਨ ਬਹੁਤ ਹੈ ਕਿ ਬਣਨਾ ਕੀ ਹੈ। ਮਾਰਕੀਟ 'ਚ ਕੋਈ ਦੱਸਣ ਵਾਲਾ ਨਹੀਂ ਹੈਗਾ ਕੀ ਚੱਲਦਾ ਪਿਆ, ਕੀ ਨਹੀਂ ਚੱਲਦਾ ਪਿਆ। ਅੱਜ ਦੀ ਵੀਡੀਓ ਨੂੰ ਕੋਸ਼ਿਸ਼ ਕਰਿਓ ਪੂਰੀ ਪ੍ਰੋਪਰ ਐਂਡ ਤੱਕ ਸੁਣਿਓ ਤੁਸੀਂ, ਕਿਉਂਕਿ ਅੱਜ ਥੋੜ੍ਹਾ ਜਿਹਾ ਮੂਡ ਹੈ ਗੱਲਾਂ ਕਰਨ ਦਾ, ਔਰ ਬਹੁਤ ਸਾਰੀਆਂ ਅਪਡੇਟਸ ਨੇ ਤੁਹਾਡੇ ਨਾਲ ਸਾਂਝੀ ਕਰਨ ਵਾਲੀਆਂ, ਠੀਕ ਹੈ। ਪਹਿਲੀ ਗੱਲ ਤਾਂ ਕੈਨੇਡਾ ਦਾ ਵੀਜ਼ਾ, ਅੱਜ ਦੀ ਡੇਟ 'ਚ ਬੰਦਾ ਸੋਚਦਾ ਹੈ ਕਿ ਮੈਂ ਕਿੱਦਾਂ ਵੀਜ਼ਾ ਲਵਾਂ, ਜਾਂ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ, ਹੁਣ ਮੈਨੂੰ ਸਹੀ ਰਾਏ ਕੌਣ ਪਾਏਗਾ। ਤੁਹਾਡੇ ਕੋਲ ਆਪਣਾ ਦਿਮਾਗ ਹੈ, ਸਭ ਤੋਂ ਪਹਿਲੀ ਗੱਲ, ਕੋਈ ਵੀ ਡਿਸੀਜਨ ਲੈਣਾ ਹੈ ਤੁਹਾਡਾ ਦਿਮਾਗ ਚੱਲਣਾ ਚਾਹੀਦਾ, ਤੁਹਾਡਾ ਦਿਮਾਗ ਇੱਕ ਸਹੀ ਰਸਤੇ 'ਤੇ ਤੁਹਾਨੂੰ ਪਾਉਣ ਵਾਲਾ ਹੋਵੇ, ਤਾਂ ਹੀ ਲਾਈਫ ਦੇ ਵਿੱਚ ਤੁਸੀਂ ਸਰਵਾਈਵ ਕਰ ਪਾਓਗੇ। ਤੁਸੀਂ ਅਗਰ ਭੇਡ ਚਾਲ 'ਚ ਚੱਲਣਾ ਹੈ, ਤੁਸੀਂ ਅਗਰ ਚੱਲਣਾ ਇਸ ਪਾਸੇ ਨੂੰ ਕਿ ਹਾਂ ਵੀ ਉਹ ਫਲਾਨੇ ਨੇ ਕਹਿ ਤਾਂ ਇੱਦਾਂ ਹੋ ਗਿਆ ਤਾਂ ਇੱਦਾਂ ਹੀ ਹੋ ਜਾਣਾ, ਹੁਣ ਨਹੀਂ ਵੀਜ਼ਾ ਲੱਗਣਾ, ਵੀਜ਼ੇ ਬੰਦ ਹੋ ਗਏ, ਫਲਾਈਟਾਂ ਬੰਦ ਹੋ ਗਈਆਂ, ਸਭ ਕੁਝ ਬੰਦ ਹੋ ਗਿਆ। ਕੈਨੇਡਾ ਅੱਜ ਦੀ ਡੇਟ 'ਚ ਵੀ ਹਾਇਰ ਸਕਸੈਸ ਰੇਸ਼ੋ ਦੇ ਨਾਲ ਵੀਜ਼ਾ ਦੇ ਪਾ ਰਿਹਾ, ਬਟ ਜਿਹਦੇ ਕੋਲ ਟਾਈਮ ਹੈ, ਜਿਹਦੇ ਕੋਲ ਪੇਸ਼ੈਂਸ ਹੈ, ਦੋ ਚੀਜ਼ਾਂ ਹਰ ਬੰਦੇ ਨੂੰ ਮੈਂ ਕਹਿੰਦਾ, ਦੋ ਚੀਜ਼ਾਂ ਤੁਹਾਡੇ ਕੋਲ ਹੈਗੀਆਂ, ਟਾਈਮ ਅਤੇ ਪੇਸ਼ੈਂਸ, ਤਾਂ ਤੁਸੀਂ ਵੀਜ਼ਾ ਅਪਲਾਈ ਕਰੋ। ਟਾਈਮ ਔਰ ਪੇਸ਼ੈਂਸ ਹੀ ਮੈਨੂੰ ਚਾਹੀਦੇ ਨੇ, ਟਾਈਮ ਔਰ ਪੇਸ਼ੈਂਸ ਹੀ ਐਮਬੈਸੀ ਲੈ ਰਹੀ ਹੈ ਵੀਜ਼ਾ ਦੇਣ ਵਾਸਤੇ। ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਕਿ ਤੁਸੀਂ ਚਾਰ ਪੇਪਰ ਉੱਟ ਪਟਾਂਗ ਜੇ ਲਾ ਕੇ ਐਮਬੈਸੀ ਦੇ ਮੂਹਰੇ ਧਰ ਦਿੱਤੇ ਅਤੇ ਐਮਬੈਸੀ ਦੇ ਤਾਂ ਲੱਲੂ ਪੰਜੂ ਦਾ ਅਫਸਰ ਬੈਠੇ ਨੇ ਅਤੇ ਤੁਹਾਨੂੰ ਠਾਹ ਕਰਕੇ ਵੀਜ਼ਾ ਦੇ ਦੇਣਗੇ। ਨਾ ਤੁਸੀਂ ਕੰਸਲਟੈਂਟ ਚੂਜ਼ ਕਰਨ ਬਾਰੇ ਸੋਚਦੇ ਹੋ ਵਧੀਆ ਤਰ੍ਹਾਂ, ਨਾ ਤੁਸੀਂ ਕੰਸਲਟੈਂਟ ਨੂੰ ਇਹ ਪੁੱਛਦੇ ਹੋ ਕਿਹੜੇ ਪੇਪਰ ਵਿੱਚ ਲੱਗੇ, ਕਿਹੜੇ ਲਾ ਰਹੇ ਹੋ, ਨਾ ਤੁਹਾਨੂੰ ਇੱਕ ਸੈਟਿਸਫੈਕਟਰੀ ਕਾਉਂਸਲਿੰਗ ਕਸਟਮਰ ਦੇ ਤੁਹਾਡਾ ਕੰਸਲਟੈਂਟ ਦੇ ਪਾਉਂਦਾ, ਫਿਰ ਵੀ ਤੁਸੀਂ ਉਹਦਾ ਲੜ ਫੜ ਲੈਂਦੇ ਹੋ ਜਾ ਕੇ। ਮੈਂ ਹਰ ਬੰਦੇ ਨੂੰ ਕਹਿੰਦਾ ਕਿ ਵੀਜ਼ੇ ਦਾ ਜਿੰਨਾ ਫਾਇਦਾ ਮਿਲਦਾ ਹੈ ਤੁਹਾਨੂੰ ਇੱਕ ਪਾਸਪੋਰਟ ਦੇ ਉੱਤੇ, ਕਿਸੇ ਵੀ ਕੰਟਰੀ ਦੇ ਵੀਜ਼ੇ ਲੱਗੇ ਦਾ ਜਿੰਨਾ ਫਾਇਦਾ ਮਿਲਦਾ ਹੈ, ਕਿਸੇ ਵੀ ਕੰਟਰੀ ਦੀ ਰਿਫਿਊਜ਼ਲ ਲੱਗਣ ਦਾ ਓਨਾ ਹੀ ਨੁਕਸਾਨ ਤੁਹਾਡੀ ਪ੍ਰੋਫਾਈਲ ਦੇ ਉੱਤੇ ਹੁੰਦਾ ਫਿਊਚਰ ਵਾਸਤੇ। ਅਤੇ ਇੱਕ ਤਰ੍ਹਾਂ ਨਾਲ ਇਹੀ ਹੈ ਕਿ ਤੁਸੀਂ ਇੱਕ ਫਿਊਚਰ ਨਾਲ ਖਿਲਵਾੜ ਕਰ ਰਹੇ ਹੋ, ਆਪਣੇ ਫਿਊਚਰ ਨਾਲ ਆਪ ਖਿਲਵਾੜ ਕਰ ਰਹੇ ਹੋ ਕਿ ਕੋਈ ਗੱਲ ਨਹੀਂ, ਪਾ ਕੇ ਦੇਖ ਲੈਂਦੇ, ਲੱਗ ਗਿਆ ਲੱਗ ਗਿਆ, ਕਿ ਚਾਹੇ ਗਲੀ ਛਾਪ ਏਜੰਟ ਹੋਵੇ, ਚਾਹੇ ਏਜੰਟ ਹੋਵੇ ਕੋਈ ਪੈਕੇਜ ਕਰਨ ਵਾਲਾ, ਕੋਈ 25 ਲੱਖ ਮੰਗ ਰਿਹਾ, ਕੋਈ 30 ਲੱਖ ਰੁਪਇਆ ਮੰਗ ਲਵੇ, ਹੈ ਨਾ। ਬਟ ਆਪਾਂ ਬਸ ਇਹ ਕਹਿਣਾ ਕਿ ਹਾਂ ਵੀ ਪਾਸਪੋਰਟ ਲੈ ਰਿਹਾ ਜੀ, ਵੀਜ਼ਾ ਆਉਣ ਤੋਂ ਬਾਅਦ ਸਾਡੇ ਕੋਲ ਇੰਨੇ ਪੈਸੇ ਲੈ ਰਿਹਾ, ਕੋਈ ਤੁਹਾਡਾ ਆਪਣਾ ਆਪਣੀ ਸਟੱਡੀ ਨਹੀਂ ਹੈਗੀ। ਸਭ ਤੋਂ ਪਹਿਲਾਂ ਕੈਨੇਡਾ ਦਾ ਵੀਜ਼ਾ ਲੈਣਾ, ਆਪਣੇ ਆਪ ਨੂੰ ਥੋੜ੍ਹਾ ਜਿਹਾ ਐਜੂਕੇਟਡ ਕਰਨਾ ਸ਼ੁਰੂ ਕਰੋ। ਕੈਨੇਡਾ ਦੀ ਆਪਣੀ ਓਫੀਸ਼ੀਅਲ ਵੈਬਸਾਈਟ ਹੈ, ਇੰਨੀ ਈਜ਼ੀ ਵੈਬਸਾਈਟ ਕਿਸੇ ਮੁਲਕ ਦੀ ਨਹੀਂ ਹੋਣੀ ਜਿੰਨੀ ਇਹਨਾਂ ਦੀ ਇਸ ਟਾਈਮ ਵੈਬਸਾਈਟ ਇੰਨੀ ਜ਼ਿਆਦਾ ਈਜ਼ੀ ਹੈਗੀ, ਜਿੱਥੇ ਤੁਸੀਂ ਆਪਣੀ ਡਾਕੂਮੈਂਟੇਸ਼ਨ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਸਾਰੀ ਚੈੱਕ ਕਰ ਸਕਦੇ ਹੋ। ਨਹੀਂ ਕਰ ਸਕਦੇ ਹੋ, ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਸਾਡੇ ਨਾਲ ਗੱਲ ਕਰੋ, ਮੇਰੀ ਟੀਮ ਨਾਲ ਗੱਲ ਕਰੋ, ਮੇਰੇ ਨਾਲ ਗੱਲ ਕਰੋ। ਹਰ ਬੰਦਾ ਵੀਡੀਓ ਦੇ ਥੱਲੇ ਜਾਂ ਕਮੈਂਟ ਦੇ ਵਿੱਚ ਇਹ ਕਰ ਰਿਹਾ ਕਿ ਭਾਅ ਜੀ ਮੈਨੂੰ ਮਹੀਨਾ ਹੋ ਗਿਆ ਗੱਲ ਨਹੀਂ ਹੋ ਪਾ ਰਹੀ, 2 ਮਹੀਨੇ ਹੋਏ ਗੱਲ ਨਹੀਂ। ਭਾਅ ਜੀ ਉਹ ਟਾਈਮ ਹੈ, ਉਹ ਵੇਟ ਕਰਨੀ ਹੀ ਪੈਣੀ, ਤੁਸੀਂ ਵੀਜ਼ਾ ਲੈਣਾ ਹੈ, ਪੇਸ਼ੈਂਸ ਰੱਖਣੇ ਹੀ ਪੈਣੇ ਹੈ। ਇਕੱਲਾ ਬੰਦਾ ਤੁਹਾਡੇ ਤੱਕ ਪਹੁੰਚੇਗਾ ਉਸ ਚੀਜ਼ ਨੂੰ, ਇਟ ਵਿਲ ਟੇਕ ਟਾਈਮ, ਰਾਈਟ। ਸੋ ਮੈਂ ਇੱਕ ਜੈਨੂਨ ਗਾਈਡੈਂਸ ਦਿੰਦਾ ਹਰ ਬੰਦੇ ਨੂੰ, ਤੁਹਾਡੇ ਕੋਲ ਪਾਸਪੋਰਟ ਹੈਗਾ, ਆਧਾਰ ਕਾਰਡ ਹੈਗਾ, ਪੈਨ ਕਾਰਡ ਹੈਗਾ, ਫੋਟੋਗ੍ਰਾਫ ਹੈਗੀ ਹੈ, ਤੁਹਾਡੇ ਕੋਲ ਤੁਹਾਡੀ ਜ਼ਮੀਨ ਜਦਾਦ ਦੇ ਕਾਗਜ਼ ਹੈਗੇ ਨੇ, ਚਾਹੇ ਤੁਹਾਡੇ ਮਾਂ ਪਿਓ ਦੇ ਨਾਮ 'ਤੇ ਹੋਣ, ਤੁਹਾਡੇ ਕੋਲ ਇਨਕਮ ਟੈਕਸ ਦੀ ਰਿਟਰਨਾਂ ਹੈਗੀਆਂ,
ਤੁਹਾਡੇ ਕੋਲ ਅਕਾਊਂਟ 'ਚ ਦਿਖਾਉਣ ਵਾਸਤੇ 15 to 20,000 dollars ਹੈਗੇ ਕੈਨੇਡਾ ਦੇ, ਇੰਡੀਆ ਦਾ ਬੰਦਾ 10 to 12 lakh rupees, ਤੁਸੀਂ 10 times ਵੀ ਰਿਫਿਊਜ਼ ਹੋਵੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਸਲਿਊਸ਼ਨ ਕੱਢ ਕੇ ਦੇਵਾਂਗਾ। ਸਲਿਊਸ਼ਨ ਕਿੱਦਾਂ ਨਹੀਂ ਨਿਕਲੇਗਾ? ਐਡਾ ਵੱਡਾ ਮੁਲਕ ਹੈ ਜਿਹੜਾ ਮੁਲਕ ਹਜੇ ਗਰੋ ਹੀ ਨਹੀਂ ਪੂਰੀ ਤਰ੍ਹਾਂ ਕਰ ਪਾਇਆ, ਤੁਸੀਂ ਉਸ ਮੁਲਕ ਦੇ ਵਿੱਚ ਆ ਕੇ ਉਸ ਮੁਲਕ ਦੀ ਇਕੋਨੋਮੀ ਨੂੰ ਗਰੋ ਕਰਾਉਣਾ, ਉਸ ਮੁਲਕ ਦੀਆਂ ਨੀਹਾਂ ਨੂੰ ਭਰਨਾ, ਤੁਹਾਨੂੰ ਵੀਜ਼ਾ ਕਿਉਂ ਨਹੀਂ ਮਿਲੇਗਾ? ਬਟ ਦ ਥਿੰਗ ਇਜ਼, ਉਹ ਵੀਜ਼ਾ ਮਿਲੇਗਾ ਤਾਂ ਹੀ ਮਿਲੇਗਾ ਜੇ ਤੁਸੀਂ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਕਰੋਗੇ, ਜੇ ਤੁਸੀਂ ਡਾਕੂਮੈਂਟੇਸ਼ਨ ਪੂਰੀ ਕਰੋਗੇ। ਜੇ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਦੱਸ ਦਿੰਦਾ ਕਿੰਨਾ ਮਾੜਾ ਟਾਈਮ ਚੱਲਦਾ ਪਿਆ। ਇੱਕ ਬੰਦਾ 10th+2 ਪਾਸ ਵੀ ਹੋਵੇ, ਉਹਨੂੰ ਵੀ ਪਤਾ ਹੁੰਦਾ ਕਿ ਇਸ ਟਾਈਮ ਦੇ ਵਿੱਚ ਮੈਂ ਹੋਟਲ ਬੁਕਿੰਗ ਦੇ ਉੱਤੇ ਵੀਜ਼ਾ ਨਹੀਂ ਪਾਉਣਾ। ਮੇਰੇ ਕੋਲ ਅੱਜ ਵੀ ਹਜ਼ਾਰਾਂ ਦੀ ਤਾਦਾਦ 'ਚ ਇੱਦਾਂ ਦੇ ਕਲਾਇੰਟ ਪਿਛਲੇ 2-3 months ਦੇ ਵਿੱਚ ਆਏ ਨੇ, ਜਿਹੜੇ ਕਲਾਇੰਟਸ ਨੇ ਕਿਸੇ ਨਾ ਕਿਸੇ ਕੰਸਲਟੈਂਟ ਕੋਲੋਂ ਹੋਟਲ ਬੁਕਿੰਗ 'ਤੇ ਕੇਸ ਪਾ ਕੇ ਅਤੇ ਆਪਣਾ ਵੀਜ਼ਾ ਰਿਜੈਕਟ ਕਰਾਇਆ। ਸੋ ਦੋਸਤੋ, ਗੱਲ ਇਹ ਹੁੰਦੀ ਹੈ ਕਿ ਜਦੋਂ ਤੱਕ ਤੁਸੀਂ ਆਪ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰੋਗੇ, ਆਪ ਚੀਜ਼ਾਂ ਸਮਝ ਲਿਆਉਣੀ ਸ਼ੁਰੂ ਕਰੋਗੇ, ਉਦੋਂ ਤੱਕ ਤੁਹਾਡਾ ਕਿਸੇ ਨੇ ਪ੍ਰੋਪਰ ਤਰੀਕੇ ਨਾਲ ਫਾਇਦਾ ਨਹੀਂ ਕਰਾ ਪਾਉਣਾ। ਮਾਰਕੀਟ 'ਚ ਚੰਗੇ ਕੰਸਲਟੈਂਟ ਵੀ ਹੈਗੇ ਨੇ ਜਿਨ੍ਹਾਂ ਨੇ ਤੁਹਾਨੂੰ ਚੰਗੀ ਸਲਾਹ ਦੇਣੀ, ਮਾੜੇ ਤਾਂ ਚਲੋ ਹੈ ਹੀ ਹੈ ਨੇ, ਅੱਜ ਤੋਂ ਉਹਨੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਨੇ। ਸੋ ਕੈਨੇਡਾ ਹੈ, ਕੈਨੇਡਾ ਦਾ ਵੀਜ਼ਾ ਦੇਣ ਨੂੰ ਬੈਠਾ, ਤੁਸੀਂ ਵੀਜ਼ਾ ਅਪਲਾਈ ਕਰਨ ਵਾਲੇ ਹੋਵੋ, ਤੁਸੀਂ ਵੀਜ਼ੇ ਦੀ ਸ਼ਰਤਾਂ ਪੂਰੀਆਂ ਕਰਨ ਵਾਲੇ ਹੋਵੋ, ਵੀਜ਼ਾ ਕਿਉਂ ਨਹੀਂ ਮਿਲਦਾ? ਹੈ ਨਾ। ਸੋ ਇਹਦੇ ਨਾਲ ਹੀ ਮੈਂ ਵੀਡੀਓ ਦਾ ਐਂਡ ਕਰਦਾ। ਥੋੜ੍ਹਾ ਜਿਹਾ ਮੋਟੀਵੇਟ ਹੋਇਆ ਕਰੋ ਲਾਈਫ ਦੇ ਵਿੱਚ, ਜਿਹੜੀ ਵੀ ਚੀਜ਼ ਤੁਹਾਨੂੰ ਮੋਟੀਵੇਸ਼ਨ ਦੇਵੇ ਉਸ ਚੀਜ਼ ਨਾਲ ਮੋਟੀਵੇਟ ਹੋਇਆ ਕਰੋ। ਆਪਣੀ ਡਾਕੂਮੈਂਟੇਸ਼ਨ ਪੂਰੀ ਤਰੀਕੇ ਦੇ ਨਾਲ ਅੰਬੈਸੀ ਦੇ ਮੂਹਰੇ ਲਾਓ, ਅੰਬੈਸੀ ਨੇ ਤੁਹਾਡੇ ਕੋਲ ਪੈਸੇ ਲੈਣੇ ਆ ਵੀਜ਼ਾ ਪ੍ਰੋਸੈਸ ਕਰਨ ਦੇ, ਤੁਸੀਂ ਪ੍ਰੋਪਰ ਵੇ ਦੇ ਵਿੱਚ ਅਗਰ ਡਾਕੂਮੈਂਟੇਸ਼ਨ ਲਗਾਓਗੇ ਤਾਂ ਅੰਬੈਸੀ ਤੁਹਾਨੂੰ ਵੀਜ਼ਾ ਕਿਉਂ ਨਹੀਂ ਦੇਵੇਗੀ? ਹੈ ਨਾ। ਬਾਕੀ ਮੇਰੇ ਨਾਲ ਜੁੜੇ ਰਹਿੰਦੇ ਹੋ ਤੁਸੀਂ, ਉਹਦੇ ਵਾਸਤੇ ਬਹੁਤ ਧੰਨਵਾਦ। ਮੇਰੇ ਨੰਬਰ ਦਿੱਤੇ ਆ, ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਉੱਤੇ ਆਪਣਾ ਟਾਈਮ ਸਲੋਟ ਤੁਸੀਂ ਬੁੱਕ ਕਰਵਾਓ, 2-5 ਦਿਨਾਂ ਦੇ ਵਿੱਚ ਜਿੱਦਣ ਵਾਰੀ ਆਈ ਫਿਰ ਆਪਾਂ ਗੱਲ ਕਰਕੇ ਤੁਹਾਡਾ ਕੇਸ ਸਾਰਾ ਡਿਸਕਸ ਕਰਾਂਗੇ। ਆਫਟਰ ਦੈਟ ਅਪਲਾਈ ਕਰੋ, ਅਦਰਵਾਈਜ਼ ਮੇਰੀ ਟੀਮ ਹੈਗੀ ਹੈ ਜਲੰਧਰ, ਤੁਹਾਨੂੰ ਐਡਰੈਸ ਦਿੱਤਾ ਹੋਇਆ, ਆਫਿਸ ਜਾ ਕੇ ਜਦੋਂ ਮਰਜ਼ੀ ਤੁਸੀਂ ਵਿਜ਼ਿਟ ਕਰਕੇ ਆਪਣੀ ਕਾਉਂਸਲਿੰਗ ਲੈ ਸਕਦੇ ਹੋ। ਠੀਕ, ਉਹਨਾਂ ਨੇ ਵੀ ਤੁਹਾਨੂੰ ਉਹੀ ਦੱਸਣਾ ਜੋ ਮੈਂ ਦੱਸਣਾ। ਠੀਕ ਹੈ, ਇਹਦੇ ਨਾਲ ਮੈਂ ਵੀਡੀਓ ਦਾ ਐਂਡ ਕਰਦਾ। ਧੰਨਵਾਦ।